ਕਾਰਨਰ, ਇਸ ਕਾਰਨਰ ਤੋਂ ਹੱਦ ਸ਼ੁਰੂ ਹੁੰਦੀ ਹੈ, ਇਹ ਫਾਰਮ ਜਿਹੜਾ ਇਹਦੇ ਵਿੱਚ ਆਲਮੋਸਟ ਬਣਿਆ ਉੱਥੋਂ ਤੱਕ ਅੰਦਰ ਤੱਕ ਇੰਟਰੈਂਸ ਗੇਟ ਹੈ ਵਾਲਾ, ਇੰਟਰ ਹੁੰਦੇ ਆ ਸਾਲ, ਇਹ ਕਮਰਾ ਇਹਦੇ ਨਾਲ ਅਟੈਚ ਵਾਸ਼ਰੂਮ ਬੈਕ ਸਾਈਡ 'ਤੇ, ਇਹ ਇੱਥੇ ਚੱਕੀ ਲੱਗੀ, ਇੱਕ ਇਹ ਕਮਰਾ, ਇੱਕ ਉੱਪਰ ਕਮਰਾ, ਹਾਲ ਹੈ ਬਹੁਤ ਵੱਡਾ, ਇਹ ਸਾਈਡ 'ਤੇ ਇਹ ਫਾਰਮ ਹੈ, ਬਹੁਤ ਬੜਾ ਫਾਰਮ ਹੈ, ਤਕਰੀਬਨ 50-60 ਜਾਨਵਰਾਂ ਦੇ ਵਾਸਤੇ, ਖੁਰਲੀਆਂ ਪੱਕੀਆਂ, ਇਹ ਛੱਤ ਹੈ, ਇਹ ਪਾਣੀ ਦਾ ਨਿਜ਼ਾਮ ਹੈ ਜੀ ਬਿਹਤਰੀਨ, ਤੋੜੋ ਤੋੜ ਇਸ ਤਰ੍ਹਾਂ ਪੱਕਾ, ਛਾਂ ਬੜੀ ਸੋਹਣੀ, ਗਰਮੀਆਂ ਵਾਸਤੇ ਬੜਾ ਬਿਹਤਰੀਨ ਨਿਜ਼ਾਮ, ਇਹ ਨਾ ਗਾਈ ਰੱਖੀ ਹੈ ਮਾਸ਼ਾਅੱਲਾ ਬੜੀ ਸੋਹਣੀ, ਇੱਕ ਹੈ ਇਸ ਤਰ੍ਹਾਂ, ਇੱਥੇ ਆ ਕੇ ਡਿਵਾਈਡ ਹੋ ਜਾਂਦਾ, ਇੱਕ ਤੁਸੀਂ ਉੱਥੋਂ ਜਾਨਵਰ ਰੱਖਦੇ ਹੋ, ਇਹ ਵਾੜਾ ਇੱਥੋਂ ਤੱਕ ਇਹ ਇੱਥੇ ਕੰਪਲੀਟ ਹੋ ਜਾਂਦਾ, ਉਸ ਤੋਂ ਬਾਅਦ ਇਹ ਦੂਸਰਾ ਵਾੜਾ ਫਿਰ ਅੱਗੇ ਇੰਜ ਸ਼ੁਰੂ ਹੋ ਜਾਂਦਾ, ਦੋ ਵਾੜਿਆਂ ਦੀ ਵੰਡ ਬਣ ਸਕਦੀ, ਇੱਥੇ ਫਿਰ ਇੱਕ ਤੁਸੀਂ ਬਾਂਸ ਲਾ ਕੇ ਇੱਥੋਂ ਇਸ ਤਰ੍ਹਾਂ ਸਟੇਟ ਤਿੰਨ ਕਰ ਸਕਦੇ ਹੋ ਵਾੜੇ, ਇਹ ਵਾੜੇ ਮਤਲਬ ਇੱਕ ਉਹ ਦੋ, ਇੱਕ ਇੱਥੋਂ ਇਸ ਤਰ੍ਹਾਂ, ਇਹ ਤਿੰਨ ਵਾੜੇ, ਇਹ ਉੱਪਰ ਛੱਤ ਲਿਟਲ ਬਿਟ ਰਿਪੇਅਰ ਹੋ ਸਕਦੀ, ਇਹ ਛੱਤ ਬਿਹਤਰੀਨ ਹੈ ਜਿਹੜੀ ਉੱਪਰ ਲੋਹੇ ਵਾਲਾ ਸਾਰਾ, ਇਹ ਭਾ ਸਜਾਦ ਸਾਨੂੰ ਵਿਜ਼ਿਟ ਕਰਵਾ ਰਿਹਾ, ਚਲੋ ਜੀ, ਇੱਥੇ ਤੁਹਾਡੇ ਜਾਨਵਰ ਹੋਣ, ਇਹ ਬੈਕ ਸਾਈਡ 'ਤੇ ਨਾਲੀ ਬਣੀ ਹੈ, ਠੀਕ ਹੈ ਜੀ, ਇੱਥੋਂ ਤੁਹਾਡਾ ਕੋਈ ਪਿਸ਼ਾਬ ਵਗੈਰਾ ਸਾਰਾ ਜਾਨਵਰਾਂ ਦਾ ਇੱਧਰੋਂ ਠੱਕ ਬਾ, ਹਾਂਜੀ ਕੰਪਲੀਟ ਵਰਕ ਹੈ ਜੀ, ਇੱਥੇ ਲੈਂਡ 'ਤੇ ਆ ਕੇ ਹੁਣ ਗੱਲ ਮੁੱਕਣੀ ਹੈ, ਤੁਸੀਂ ਜੇ ਵਿਜ਼ਿਟ ਕਰਨਾ, ਬਾਕੀ ਇੱਧਰੋਂ ਤਾਂ ਕੰਮ ਮੁੱਕੇ ਵੇ, ਬਹੁਤ ਵੱਡਾ ਫਾਰਮ ਹੈ ਮਾਸ਼ਾਅੱਲਾ, ਫਾਰਮਿੰਗ ਉਹਨਾਂ ਕੀਤੀ ਖਾਣ ਪੀਣ ਵਾਸਤੇ ਆਪਣੀ ਕੋਈ ਸਬਜ਼ੀ ਵਗੈਰਾ ਵਾਸਤੇ, ਉਹ ਉਸ ਨੁੱਕਰ ਤੋਂ ਜਾ ਕੇ ਫਿਰ ਮੈਂ ਤੁਹਾਨੂੰ ਦੁਬਾਰਾ ਬਣਵਾ ਕੇ ਦੇਣਾ।